ਹਾਂਜੀ ਦੋਸਤੋ ਆਸ਼ੀਰਵਾਦ ਸਵਾਗਤ ਹੈ 2nd ਸੈਕੰਡ ਸੈਮੈਸਟਰ ਦੇ ਪੰਜਾਬੀ ਜਰਨਲ ਲਾਜ਼ਮੀ ਦਾ ਪੇਪਰ ਹੈ ਸੈਕੰਡ ਸੈਮੈਸਟਰ ਦੀ ਗੱਲ ਕਰਿਆ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਪੇਪਰ ਪੈਟਰਨ ਦੀ ਗੱਲ ਵੀ ਨਾਲ ਦੀ ਨਾਲ ਕਰਾਂਗੇ ਤੇ ਨਾਲ ਇੰਪੋਰਟੈਂਟ ਕੁਸ਼ਨ ਇਸ ਤੋਂ ਬਾਅਦ ਲਗਾਤਾਰ ਵੀਡੀਓਜ਼ ਆਉਣਗੀਆਂ ਪੇਪਰ ਤੋਂ ਪਹਿਲਾਂ ਪਹਿਲਾਂ ਤੱਕ ਸਾਰੇ ਬਸਟੂਨਿਸਟ ਪ੍ਰਸ਼ਨ ਹੋਗੇ ਤੁਹਾਡੇ ਸਾਰ ਹੋ ਗਿਆ ਠੀਕ ਹੈ ਹੋਰ ਵੀ ਜਿਹੜੇ ਜਿਹੜੇ ਮੇਨ ਇੰਪੋਰਟੈਂਟ ਗ੍ਰਾਮਰ ਦੇ ਕੁਐਸਚਨਸ ਨੇ ਉਹ ਸਾਰੇ ਤੁਹਾਨੂੰ ਕਰਾਵਾਂਗੇ ਇਸ ਵੀਡੀਓ ਨੂੰ ਲਾਈਕ ਕਰ ਦੋ ਚੈਨਲ ਨਾਲ ਜੁੜ ਜੋ ਸਬਸਕ੍ਰਾਈਬ ਕਰ ਲਓ ਇਹਦੀ ਪਲੇਲਿਸਟ ਵੀ ਮੈਂ ਬਣਾ ਰਿਹਾ ਪਲੇਲਿਸਟ ਨੂੰ ਚੈੱਕ ਆਊਟ ਕਰ ਲਓ ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦੇ ਰਿਹਾ ਵਾ ਠੀਕ ਹੈ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਤਿਆਰੀ ਜਿਹੜੀ ਕੰਪਲੀਟ ਕਰਾ ਦੇਣੀ ਹੈ ਸਭ ਤੋਂ ਪਹਿਲਾਂ ਸਾਨੂੰ ਇੱਕ ਕਹਾਣੀ ਦਾ ਵਿਸ਼ਾ ਵਸਤੂ ਹੋਣਾ ਕਹਾਣੀਆਂ ਸਾਨੂੰ ਕਿਹੜੀ ਨੇ ਚੌਥੀ ਕੂਟ ਬਾਗਾਂ ਦਾ ਰਾਖਾ ਗੁੰਮਸ਼ੂ ਦਾ ਤਾਂ ਇਹਨਾਂ ਨੂੰ ਨੋਟ ਕਰ ਲਓ ਸੈਕੰਡ ਜੀਜ਼ ਇਹਨਾਂ ਸਾਰਿਆਂ ਦੇ ਸਾਰ ਅਤੇ ਵਿਸ਼ਾ ਵਸਤੂ ਮੈਂ ਤੁਹ ਸਕ੍ਰਾਈਬ ਕਰਕੇ ਰੱਖ ਲਓ ਇਸ ਤੋਂ ਬਾਅਦ ਸਾਡੇ ਕੋਲੇ ਕਿਸੇ ਇੱਕ ਦਾ ਪਾਤਰ ਚਿੱਤਰਣ ਕਰਨਾ ਸੀ ਪਾਤਰ ਚਿੱਤਰ ਮਤਲਬ ਸਾਡਾ ਕਰੈਕਟਰ ਸਕੈਚ ਅਸੀਂ ਲਿਖਣਾ ਵਾ ਪੌਤਾ ਪਾਂਦੀ ਦੇ ਵਿੱਚੋਂ ਸਾਡਾ ਮੇਜਰ ਸਾਹਿਬਾ ਠੀਕ ਹੈ ਕ੍ਰਿਸ਼ਨਾ ਘੋਟਨਾ ਦੇ ਵਿੱਚੋਂ ਪ੍ਰੋਫੈਸਰ ਇੰਦਰਾ ਸੂਰੀ ਬੱਚੇ ਦੀ ਸ਼ਰਾਰਤ ਇਹ ਆ ਗਿਆ ਠੀਕ ਹੈ ਇਸ ਤੋਂ ਬਾਅਦ ਸਾਡੀ ਜਿਹੜੀ ਇੰਪੋਰਟੈਂਟ ਪ੍ਰਸ਼ਨ ਨੇ ਪੰਜ ਉਹਦੇ ਚ ਕੋ ਬਾਰੂ ਦੇ ਘਰ ਦੀ ਹਾਲਾਤ ਕਿਹੋ ਜਿਹੀ ਸੀ ਬਾਰੂ ਦੇ ਹਾਲਾਤ ਆਰਥਿਕ ਰਾਤ ਬਹੁਤ ਮਾੜੇ ਸੀਗੇ ਬਸ ਇਹਨੂੰ ਵੀ ਤੁਸੀਂ ਐਕਸਪਲੇਨ ਕਰਨਾ ਹੁਣ ਪੂਰੀ ਚੰਗੀ ਤਰੀਕੇ ਨਾਲ ਕਰਮ ਸਿੰਘ ਦੇ ਮਾਨ ਸਿੰਘ ਨੂੰ ਛੁੱਟੀ ਜਾਣ ਸਮੇ ਕੀ ਕਿਹਾ ਕਰਮ ਸਿੰਘ ਨੇ ਮਾਨ ਸਿੰਘ ਨੂੰ ਛੁੱਟੀ ਜਾਣ ਸਮੇ ਕੀ ਕਿਹਾ ਸੀਗਾ ਕੂਟਨਾ ਕਹਾਣੀ ਦਾ ਨਾਇਕ ਕੌਣ ਸੀਗਾ ਨੰਨੇ ਨਾਦ ਦੇ ਤੱਕੀ ਦੇ ਕੋਲ ਕੀ ਬਣਾਇਆ ਹੋਇਆ ਸੀਗਾ ਠੀਕ ਹੈ ਬਿੱਕਰ ਕਬੱਡੀ ਕਿੱਦਾਂ ਖੇਡਦਾ ਸੀਗਾ ਠੱਗੀ ਕਹਾਣੀ ਵਿੱਚ ਕਿਹੜੀ ਠੱਗੀ ਦੀ ਗੱਲ ਕੀਤੀ ਗਈ ਹੈ ਖੂ ਖਾਤੇ ਕਹਾਣੀ ਦੇ ਸਰਲੇਖ ਤੋਂ ਕੀ ਭਾਵ ਹੈ ਲੀਸਾ ਨੇ ਸ਼ਰਾਬ ਤੇ ਮੁਰਗਾ ਮੰਗਣ ਲਈ ਕੀ ਕੀਤਾ ਤਾਂ ਇਹ ਅਸੀਂ ਤੁਹਾਨੂੰ ਜਿਹੜੇ ਕੁਐਸਚਨ ਪੇਪਰ ਦਿਖਾ ਰਹੇ ਹਾਂ ਪ੍ਰੀਵੀਅਸ ਈਅਰ ਦਾ ਕੁਐਸਚਨ ਪੇਪਰ ਤੁਹਾਨੂੰ ਮੈਂ ਦਿਖਾ ਰਿਹਾ ਵਾ ਤਾਂ ਜੋ ਤੁਹਾਨੂੰ ਇੱਕ ਪੇਪਰ ਪੈਟਰਨ ਤੇ ਇੰਪੋਰਟੈਂਟ ਕੁਐਸਚਨਾਂ ਦਾ ਪਤਾ ਲੱਗ ਜਾਏ ਬਾਕੀ ਤੁਸੀਂ ਤਿਆਰੀ ਇੱਕ ਇੱਕ ਕਰਕੇ ਕਰਨੀ ਸ਼ੁਰੂ ਕਰ ਦਿਓ ਮੈਂ ਵੀ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਟੌਪਿਕ ਕਵਰ ਕਰਵਾਉਣ ਜਾ ਰਿਹਾ ਹਾਂ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਨੋਟਿਸ ਕਾਲਜ ਵਿੱਚ ਸਾਹਿਤ ਸਭਾ ਲਈ ਮੀਟਿੰਗ ਸੰਬੰਧਿਤ ਨੋਟਿਸ ਲਿਖੋ ਜਾਂ ਕਾਲਜ ਵਿੱਚ ਖੂਨਦਾਰ ਕੈਂਪ ਲਈ ਇੱਕ ਨੋਟਿਸ ਲਿਖੋ ਇਸ ਤੋਂ ਬਾਅਦ ਸਾਡੇ ਕੋਲ ਮਹਾਵਰੇ ਆ ਗਏ ਮਹਾਵਰੇ ਕਿਹੜੇ ਨੇ ਘਰ ਤੇ ਘਰ ਸਿਰ ਤੇ ਚੁੱਕਣਾ ਛੱਲ ਲਾਉਣੀ ਜਾਣ ਤਲੀ ਤੇ ਧਰਨਾ ਠੀਕ ਹੈ ਉਸ ਤੋਂ ਆ ਗਿਆ ਸਾਡੇ ਕੋਲੇ ਆ ਠੀਕ ਹੈ ਬਗਲਾਪਕਤ ਹੋਰ ਵੀ ਕਾਫੀ ਹੈ ਦੇਖ ਤੁਸੀਂ ਦੇਖ ਲਿਓ ਉਸ ਤੋਂ ਸਾਡੇ ਕੋਲ ਜਿਹੜੇ ਇੰਪੋਰਟੈਂਟ ਪ੍ਰਸ਼ਨ ਆ ਗਏ ਜਿਹੜੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜੇ ਸਾਡੇ ਗ੍ਰਾਮਰ ਪੋਰਸ਼ਨ ਦੇ ਵਿੱਚੋਂ ਸੀ ਕਹਿ ਸਕਦੇ ਆ ਧੁਨੀ ਕਿਸ ਨੂੰ ਕਹਿੰਦੇ ਹਨ ਖੰਡੀ ਤੇ ਅਖੰਡੀ ਸਭ ਤੋਂ ਪਹਿਲਾਂ ਮੈਂ ਇਹਦੀ ਤਿਆਰੀ ਕਰਵਾਉਂਗਾ ਤੁਹਾਨੂੰ ਧੁਨੀ ਕਿਸ ਨੂੰ ਕਹਿੰਦੇ ਹਨ ਖੰਡਿਏ ਤੇ ਅਖੰਡੀ ਧੁਨੀਆਂ ਬਾਰੇ ਜਾਣਕਾਰੀ ਦਿਓ ਉਸ ਤੋਂ ਬਾਅਦ ਹੈ ਉਚਾਰਣ ਵਿਧੀ ਦੇ ਆਧਾਰ ਤੇ ਪੰਜਾਬੀ ਵਿਅੰਜਨਾਂ ਦਾ ਵੰਡ ਕਰੋ ਇਹ ਉਹੀ ਆ ਗਿਆ ਪੰਜਾਬੀ ਵਿਅੰਜਨ ਕਿਹੜੀ ਹੁੰਦੇ ਨੇ ਕੱਕੇ ਤੋਂ ਲੈ ਕੇ ਸੱਸੇ ਪਰਬਿੰਦੀ ਤੱਕ ਸਾਰੇ ਵਿਅੰਜਨ ਹੁੰਦੇ ਨੇ ਸਵਰ ਹੁੰਦੇ ਨੇ ਊੜਾ ਔੜਾ ਈੜੀ ਉਹਨਾਂ ਦੀ ਗੱਲ ਕੀਤੀ ਇਹ 6 ਨੰਬਰ ਦਾ ਕੁਸ਼ਨ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਤੋਂ ਬਾਅਦ ਅਸੀਂ ਕਰਦੇ ਹਾਂ ਨੈਕਸਟ ਗ੍ਰਾਮਰ ਪੋਰਸ਼ਨ ਇਹਨਾਂ ਚ ਤੁਸੀਂ ਕੋਈ ਦੋ ਕਰਨੇ ਤੁਹਾਨੂੰ ਚਾਰ ਆਪਸ਼ਨ ਨੇ ਜਾਂ ਕੱਕਾ ਪੱਪਾ ਚੱਚਾ ਅੰਨਾ ਲੱਲਾ ਵਿਅੰਜਨਾਂ ਦਾ ਉਚਾਰਣ ਦੱਸਣਾ ਕਿੱਦਾਂ ਹੁੰਦਾ ਹੂਠ ਨਾਲ ਕਿੱਦਾਂ ਹੁੰਦਾ ਬੁੱਲ ਨਾਲ ਕਿੱਦਾਂ ਹੁੰਦਾ ਇਹ ਸਾਰੀ ਚੀਜ਼ ਆ ਗਈ ਜਾਂ ਫਿਰ ਤੁਸੀਂ ਸੰਗੋਲ ਸੰਗੋਸ਼ ਸੌਰੀ ਸੰਗੋਸ਼ ਅਤੇ ਅਸੰਗ ਜਿਹੜੇ ਸਾਡੇ ਕੋਲ ਵੱਖ-ਵੱਖ ਵਿਸ਼ੇ ਹਨ ਇਹਨਾਂ ਨੂੰ ਤੁਸੀਂ ਟਰਮ ਵਾਈਜ਼ ਲਿਖਣਾ ਜਾਂ ਤਾਂ ਕੋਠੀ ਤੋਂ ਨਹੀਂ ਲਿਖਣੀ ਆ ਕਿੰਨੀਆਂ ਧੁਨੀਆਂ ਸਵਾਰ ਹੁੰਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਸਾਰਨੀ ਜਾਣਕਾਰੀ ਦੇਣੀ ਹੈ ਦੋ-ਦੋ ਨੰਬਰ ਦੇ ਪ੍ਰਸ਼ਨੇ ਬਹੁਤ ਜ਼ਰੂਰੀ ਸਭ ਤੋਂ ਪਹਿਲਾਂ ਮੈਂ ਗ੍ਰਾਮਰ ਪੋਰਸ਼ਨ ਦੀ ਤਿਆਰੀ ਕਰਾਉਂਗਾ ਅੱਜ ਹੀ ਉਹਦੀ ਵੀਡੀਓ ਜਿਹੜੀ ਮੈਂ ਰਿਲੀਜ਼ ਕਰ ਦੂੰਗਾ ਤਾਂ ਤੁਸੀਂ ਇਸ ਵੀਡੀਓ ਨੂੰ ਮੈਂ ਤਾਂ ਇਹ ਪਹਿਲਾ ਅਪਲੋਡ ਕੀਤਾ ਤਾਂ ਜੋ ਤੁਹਾਡੀ ਤਿਆਰੀ ਜਿਹੜੀ ਸ਼ੁਰੂ ਹੋ ਸਕੇ ਕਿਉਂਕਿ ਤੁਹਾਡਾ ਅੱਜ ਹਿਸਟਰੀ ਦਾ ਪੇਪਰ ਸੀ ਮੈਨੂੰ ਪਤਾ ਹੁਣ ਤੁਹਾਡੇ ਜਿਹੜੇ ਅਲੱਗ ਅਲੱਗ ਪੇਪਰ ਜਿਹੜੇ ਚੱਲਣੇ ਨੇ ਤਾਂ ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਇੰਨੀ ਜਾਨਕਾਰੀ ਜ਼ਰੂਰ ਦੇ ਦਿਓ ਕਿ ਤੁਸੀਂ ਕਿਹੜੇ ਕਿਹੜੇ ਟੌਪਿਕ ਬਾਰੇ ਜਾਣਨਾ ਚਾਹੁੰਦੇ ਹੋ ਕਮੈਂਟ ਕਰ ਦਿਓ ਉਹ ਟੌਪਿਕ ਦੀ ਵੀਡੀਓ ਆ ਜਾਏਗੀ ਪੰਜਾਬੀ ਦੇ ਵਿੱਚੋਂ ਤੇ ਤੁਹਾਡੇ ਕਿਹੜੇ ਕਿਹੜੇ ਪੇਪਰ ਰਹਿ ਗਏ ਨੇ ਦੀ ਡੀਡ ਸ਼ੀਟ ਪੂਰੀ ਉਹ ਕਮੈਂਟ ਬਾਕਸ ਇੱਕ ਬੱਚਾ ਜ਼ਰੂਰ ਕਰ ਦਿਓ ਤਾਂ ਜੋ ਮੈਨੂੰ ਪੇਪਰਾਂ ਬਾਰੇ ਪਤਾ ਲੱਗ ਸਕੇ ਕਿਹੜਾ ਪੇਪਰ ਕਦੋਂ ਹੋਣ